subscribe now. ਪਟਿਆਲਾ ਤੋਂ ਬਿਊਰੋ ਰਿਪੋਰਟ। ਜਦੋਂ ਸਰਕਾਰ ਨੇ ਛੁੱਟੀ ਡਿਕਲੇਅਰ ਕੀਤੀ ਔਰ ਸਾਡੇ ਕੋਲ ਲਿਸਟ ਆਈ, ਉਹਦੇ ਵਿੱਚ 12 ਸਪਟੈਂਬਰ ਸਾਰਾਗੜੀ ਡੇ ਜਦੋਂ ਮੈਂ ਪੜ੍ਹਿਆ, ਸੱਚਾਈ ਇਹ ਹੈ ਕਿ ਮੈਨੂੰ ਇਹਦੇ ਬਾਰੇ ਨਹੀਂ ਪਤਾ ਸੀਗਾ। ਐਂਡ ਮੈਂ ਇਹ ਡਿਸਕਸ਼ਨ ਫਿਰ ਆਫ ਐਂਡ ਔਨ ਆਪਣੇ ਹਿਸਟਰੀ ਦੇ ਟੀਚਰਸ ਨਾਲ ਕਰਦੀ ਰਹੀ ਕਿ ਡੂ ਯੂ ਨੋ ਇਹ ਸਾਰਾਗੜੀ ਦਾ, ਉਹਨਾਂ ਨੂੰ ਪਤਾ ਸੀ ਲੇਕਿਨ ਨੋਟ ਇਨ ਦੈਟ ਗ੍ਰੈਂਡ ਸਕੇਲ ਜਿਹੜਾ ਕਿ ਹੁਣ ਉਭਰਿਆ ਹੈ। ਐਕਚੁਲੀ ਇਹਦੇ ਬਾਰੇ ਜਿਹੜੀਆਂ ਵੀਡੀਓਜ਼ ਉਹ ਸਰਕੂਲੇਟ ਹੋ ਰਹੀਆਂ ਸੀ ਮੋਬਾਈਲਸ 'ਤੇ ਵੀ, ਔਰ ਹੌਲੀ ਹੌਲੀ ਇਹ ਮੈਸੇਜ ਆ ਰਿਹਾ ਸੀ, ਲੇਕਿਨ ਸਮਟਾਈਮਸ ਅਸੀਂ ਬਿਜ਼ੀ ਇੰਨੇ ਹੁੰਦੇ ਹਾਂ ਕਿ ਅਸੀਂ ਵੀਡੀਓਜ਼ ਪੂਰੀ ਦੇਖਦੇ ਹੀ ਨਹੀਂ, ਸਾਨੂੰ ਨਹੀਂ ਪਤਾ ਲੱਗਦਾ। ਸੋ ਕੁਛ ਸੁਜੈਸ਼ਨਸ ਕੱਲ੍ਹ ਹੀ ਜਦੋਂ ਛੁੱਟੀ ਤੋਂ ਪਹਿਲਾਂ ਇਹ ਡਿਸਕਸ਼ਨ ਹੋਈ ਕਿ ਓਕੇ ਅਸੀਂ ਵੀ ਇਹ ਸਾਰਾ ਗੜੀ, ਕੱਲ੍ਹ ਮੈਨੂੰ ਐਕਚੁਲੀ ਇਹਦੇ ਬਾਰੇ ਕੁਛ ਦੱਸਿਆ ਗਿਆ, ਕੁਛ ਹਿਸਟਰੀ ਦੇ ਟੀਚਰਸ ਨੇ ਦੱਸਿਆ ਜਦੋਂ। ਸੋ ਆਈ ਵਾਜ਼ ਵੈਰੀ ਇਮੋਸ਼ਨਲ ਅਬਾਊਟ ਇਟ ਕਿ ਓਕੇ ਓਨਲੀ 21 6, ਐਂਡ ਯੂ ਨੋ ਇਹ ਤਾਂ ਮਤਲਬ ਕਿ ਬਾਅਦ 'ਚ ਜਦੋਂ ਮੈਂ ਖੁਦ ਇਹ ਗੂਗਲ 'ਚੋਂ ਸਾਰਾ ਪੜ੍ਹਿਆ ਕਿ ਇਹ ਦੁਨੀਆ ਦੀ ਸਭ ਤੋਂ ਇੰਪੋਰਟੈਂਟ, ਜਿਹਨੂੰ ਕਹਿ ਰਹੇ ਆ ਸਭ ਤੋਂ ਵੱਡੀ ਸੈਕਰੀਫਾਈਸ ਮੰਨੀ ਜਾ ਰਹੀ ਹੈ ਐਜ਼ ਫਾਰ ਐਜ਼ ਦਾ ਵਾਰ ਗੋਜ਼, ਕਿ ਜਿੱਥੇ ਮਿਲਟਰੀ ਦੀ ਉਹਦੇ ਵਿੱਚ ਸਿਰਫ ਇੱਕੀ ਜਵਾਨਾਂ ਨੇ ਇੰਨੀ ਵੱਡੀ ਫੌਜ ਦਾ ਮੁਕਾਬਲਾ ਕੀਤਾ। ਹਾਂਜੀ ਸਰ, ਅੱਜ ਦੇ ਦਿਨ ਦੇ ਬਾਰੇ ਦੱਸੋਗੇ, ਜੋ ਸਾਰਾਗੜੀ ਦਾ ਹੀਰੋਸ ਬੋਲ ਰਹੇ ਨੇ ਉਹਨਾਂ ਬਾਰੇ ਤੁਸੀਂ ਸੁਣਦੇ ਸੀ? ਇਹੀ ਬੋਲ ਰਹੇ ਸਾਰਾ ਕੁਛ ਅਸੀਂ, ਹੁਣ ਬੜਾ ਇਤਿਹਾਸਿਕ ਡੇ ਹੈ। ਆਈ ਐਮ ਥੈਂਕਫੁਲ ਟੂ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਪਬਲਿਕ ਨੂੰ, ਸਟੂਡੈਂਟਸ ਨੂੰ ਔਰ ਖਾਸ ਕਰ ਯੂਥ ਨੂੰ ਮੋਟੀਵੇਟ ਕਰਨ ਵਾਸਤੇ ਛੁੱਟੀ ਕੀਤੀ, ਤਾਂ ਕਿ ਲੋਕਾਂ ਨੂੰ ਇਸ 'ਤੇ ਇੰਪੋਰਟੈਂਸ ਪਤਾ ਲੱਗੇ ਕਿ ਸਾਰਾਗੜੀ ਦੀ ਲੜਾਈ ਕੀ ਸੀ, ਕਿੰਨੀ ਵੀਰਤਾ ਨਾਲ ਅੱਜ ਤੋਂ 120 ਸਾਲ ਪਹਿਲਾਂ ਸਾਡੇ ਸਿੱਖ ਰੈਜੀਮੈਂਟ ਦੇ ਫੌਜੀ ਲੜੇ ਔਰ 10,000 ਫੌਜੀਆਂ ਦਾ ਮੁਕਾਬਲਾ ਕੀਤਾ ਅਫਗਾਨਿਸਤਾਨ ਦੀ ਫੌਜਾਂ ਦਾ। ਇਹ ਕੋਈ ਛੋਟੀ ਗੱਲ ਨਹੀਂ। ਮਿਨਾਰ ਜੋ ਕਿ ਮਾਰਟੀਰਸ ਦੇ ਉੱਤੇ ਸੀਗਾ, ਸਾਨੂੰ ਸਾਡੇ ਪ੍ਰਿੰਸੀਪਲ ਜੋ ਮਿਸਿਸ ਸੰਗੀਤਾ ਹਾਂਡਾ ਹੈ, ਉਹਨਾਂ ਨੇ ਬਹੁਤ ਅੱਛੀ ਨੌਲੇਜ ਦਿੱਤੀ ਹੈ ਸੈਮੀਨਾਰ ਕੰਡਕਟ ਕਰਕੇ, ਜੋ ਕਿ ਸਾਨੂੰ ਅਵੇਅਰ ਨਹੀਂ ਸੀਗੇ ਇਸ ਬੈਟਲ ਬਾਰੇ, ਅਤੇ ਇਸ ਨੌਲੇਜ ਨੂੰ ਜੋ ਵੀ ਸਾਨੂੰ ਨੌਲੇਜ ਮਿਲੀ ਹੈ, ਮੈਨੂੰ ਲੱਗਦਾ ਹਾਂਜੀ ਅੱਜ ਸਾਰਾਗੜੀ ਬਾਰੇ ਸਾਨੂੰ ਪ੍ਰਿੰਸੀਪਲ ਮੈਮ ਸੰਗੀਤਾ ਮੈਮ ਨੇ ਦੱਸਿਆ, ਸਾਨੂੰ ਇਸ ਤੋਂ ਬਹੁਤ ਵਧੀਆ ਨੌਲੇਜ ਮਿਲੀ। ਸਾਨੂੰ ਇਸ ਦੇ ਬਾਰੇ ਕੁਛ ਵੀ ਪਹਿਲਾਂ ਤੁਹਾਨੂੰ ਇਸ ਬਾਰੇ ਕੁਛ ਪਤਾ ਸੀ? ਨੋ ਮੈਮ, ਪਹਿਲਾਂ ਸਾਨੂੰ ਇਸ ਬਾਰੇ ਕੁਛ ਨਹੀਂ ਪਤਾ ਸੀ। ਅੱਜ ਦੇ ਦਿਨ ਬਾਰੇ ਤੁਹਾਨੂੰ ਸੁਣ ਕੇ ਕਿਹੋ ਜਿਹਾ ਲੱਗਾ? ਸਾਨੂੰ ਇਸ ਬਾਰੇ ਬਹੁਤ ਵਧੀਆ ਲੱਗਿਆ, ਬਹੁਤ ਮਤਲਬ ਜੂਥ ਲਈ ਇਹ ਬਹੁਤ ਲਾਹੇਵੰਦ ਹੋ ਗਈ। ਹਾਂਜੀ ਸਰ, ਤੁਸੀਂ ਕੀ ਕਰਦੇ ਮਹਿੰਦਰਾ ਕਾਲਜ 'ਚ? ਮੈਂ ਇੱਥੇ ਇਤਿਹਾਸ ਵਿਭਾਗ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਦੇ ਤੌਰ 'ਤੇ ਕੰਮ ਕਰ ਰਿਹਾ ਜੀ, ਅਤੇ ਅੱਜ ਦਾ ਇਹ ਜਿਹੜਾ ਦਿਨ ਹੈ ਅਸੀਂ ਸਾਰਾਗੜੀ ਦੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਮਨਾਇਆ ਜਿਹੜੇ 36 ਸਿੱਖ ਰੈਜੀਮੈਂਟ ਦੇ 22 ਬਹਾਦਰ ਜਵਾਨ ਅਫਗਾਨਾਂ ਦੇ ਖਿਲਾਫ ਆਖਰੀ ਦਮ ਤੱਕ ਲੜਦੇ ਹੋਏ ਸ਼ਹੀਦ ਹੋਏ, ਅਤੇ ਇਹ ਲੜਾਈ ਸਿੱਖ ਟਰੈਡੀਸ਼ਨ, ਸਿੱਖ ਫਿਲੋਸਫੀ ਅਤੇ ਜਿਹੜੇ ਮਿਲਟਰੀ ਐਥਿਕਸ ਨੇ ਉਹਨਾਂ ਦੀ ਬਲੈਂਡਿੰਗ ਦਾ ਇੱਕ ਸਭ ਤੋਂ ਵਧੀਆ ਨਮੂਨਾ ਜਿਹੜਾ ਉਹ ਪੇਸ਼ ਕਰਦੀ ਹੈ। ਅਤੇ ਆਉਣ ਵਾਲੇ ਸਾਡੇ ਜਿਹੜੇ ਯੰਗ ਜਨਰੇਸ਼ਨ ਹੈ ਅਤੇ ਉਹਨਾਂ ਦੇ ਲਈ ਇੱਕ ਪ੍ਰੇਰਣਾ ਸਰੋਤ ਹੈ ਵੀ ਡਿਟਰਮੀਨੇਸ਼ਨ ਅਤੇ ਪੰਜਾਬੀ ਟਰੈਡੀਸ਼ਨ, ਇਹਨੂੰ ਅਸੀਂ ਕਾਇਮ ਰੱਖਣਾ ਹੈ ਅਤੇ ਅਸੀਂ ਕਿਸੇ ਵੀ ਮੁਸ਼ਕਲ ਦਾ ਹੱਲ ਹੈ ਜਿਹੜਾ ਇਸ ਸੋਚ ਦੇ ਨਾਲ ਕਰ ਸਕਦੇ ਹਾਂ। ਨਥਿੰਗ ਇਜ਼ ਇੰਪੋਸੀਬਲ। ਯੂਥ ਨੂੰ ਕੀ ਮੈਸੇਜ ਦਿਓਗੇ? ਯੂਥ ਦੇ ਲਈ ਇਹ ਜ਼ਰੂਰੀ ਹੈ ਵੀ ਜਿਹੜੇ ਸਾਡੇ ਇਹ ਇਤਿਹਾਸਕ ਹੀਰੋਜ਼ ਨੇ, ਅਸੀਂ ਇਹਨਾਂ ਤੋਂ ਸਿੱਖੀਏ ਵੀ ਅਗਰ ਉਹ ਆਪਣੇ ਮੁਲਕ ਦੇ ਲਈ, ਆਪਣੇ ਵਤਨ ਦੇ ਲਈ ਜਾਂ ਆਪਣੀ ਕੌਮ ਦੇ ਲਈ ਆਪਣੀ ਜ਼ਿੰਦਗੀ ਤੱਕ ਵਾਰ ਸਕਦੇ ਨੇ। ਵਾਹਿਗੁਰੂ। ਬੈਟਲ ਆਫ ਸਾਰਾਗੜੀ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਘਟਨਾ ਹੈ। ਸਿੱਖ ਇਤਿਹਾਸ ਦੇ ਵਿੱਚ ਈਵਨ ਭਾਰਤ ਦੇ ਇਤਿਹਾਸ ਦੇ ਵਿੱਚ ਇਹ ਬਹੁਤ ਹੀ ਮਹੱਤਵਪੂਰਨ ਘਟਨਾ ਹੈ, ਜਿਸ ਦੀ ਕਿ ਜਾਣਕਾਰੀ ਸਾਨੂੰ ਹੁਣ ਪੰਜਾਬ ਸਰਕਾਰ ਅਤੇ ਸਾਡੇ ਕਾਲਜ ਦੇ ਥਰੂ ਸਾਨੂੰ ਜ਼ਿਆਦਾ ਹੁਣ। ਕਿਹੜੇ ਕਾਲਜ 'ਚ ਪੜ੍ਹਦੇ ਹੋ ਤੁਸੀਂ? ਗੌਰਮੈਂਟ ਮਹਿੰਦਰਾ ਕਾਲਜ।